ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 595ਵੇਂ ਸ਼ਤਾਬਦੀ ਸਮਾਗਮਾਂ ਦੇ ਚੱਲਦੇ ਸੁਲਤਾਨਪੁਰ ਲੋਧੀ ਨੂੰ ਆਉਂਦੇ ਰੋਡ ਤੇ ਬਣੇ ਸਵਾਗਤੀ ਗੇਟਾਂ ਦੇ ਅੰਦਰ ਚੱਲ ਰਹੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਉਣ ਦੇ ਲਈ ਅਲੱਗ ਅਲੱਗ ਸਿੱਖ ਜਥੇਬੰਦੀਆਂ ਨੇ SDM ਨੂੰ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਹੈ ਕਿ ਲੋਹੀਆ ਦੇ ਵੱਲੋਂ ਆਉਂਦੇ ਮੁੱਖ ਰੋਡ ਤੇ ਬਣੇ ਸ਼ਰਾਬ ਦੇ ਠੇਕਿਆਂ ਨੂੰ ਤੁਰੰਤ ਬੰਦ ਕੀਤਾ ਜਾਵੇ। ਸਿੱਖ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 12 ਸਤੰਬਰ ਤੱਕ ਠੇਕੇ ਨਹੀਂ ਹਟਾਏ ਜਾਂਦੇ ਤਾਂ 13 ਨੂੰ ਉਹ ਖੁਦ ਕਾਰਵਾਈ ਕਰਨਗੇ। ਇਸ ਸੰਬੰਧੀ ਸੁਲਤਾਨਪੁਰ ਲੋਧੀ ਦੀ SDM ਨਵਨੀਤ ਕੌਰ ਬਲ ਨੇ ਕਿਹਾ ਕਿ ਇਸ ਸੰਬੰਧੀ ਅਬਕਾਰੀ ਵਿਭਾਗ ਨੂੰ ਹੁਕਮ ਦਿੱਤਾ ਗਿਆ ਹੈ, ਨਿਯਮਾਂ ਮੁਤਾਬਕ ਜੋ ਕਾਰਵਾਈ ਬਣੇਗੀ ਉਹ ਕੀਤੀ ਜਾਵੇਗੀ। ਕਵਿੰਦਰ ਸਿੰਘ, ਪੰਜਾਬ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ। ਅੱਜ ਅਸੀਂ ਸੁਲਤਾਨਪੁਰ ਲੋਧੀ ਵਿਖੇ ਜੋ ਗੁਰੂ ਸਾਹਿਬ ਜੀ ਦੇ 550 ਸਾਲਾ ਸ਼ਤਾਬਦੀ ਸਮਾਰੋਹ ਚੱਲ ਰਹੇ ਹਨ, ਉਹਨਾਂ ਦੇ ਸੰਬੰਧ ਵਿੱਚ ਜੋ ਸੁਲਤਾਨਪੁਰ ਲੋਧੀ ਵਿਖੇ ਠੇਕੇ ਸ਼ਰਾਬ ਦੇ ਜੋ ਚੱਲ ਰਹੇ ਹਨ ਉਹਨਾਂ ਨੂੰ ਬੰਦ ਕਰਵਾਉਣ ਸੰਬੰਧੀ ਅੱਜ SDM ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ। ਸੋ ਅਸੀਂ ਜਥੇਬੰਦੀ ਵੱਲੋਂ ਅਤੇ ਸਮੂਹ ਸਿੱਖ ਜਥੇਬੰਦੀਆਂ ਸਮੂਹ ਸੰਗਤਾਂ ਇਹ ਮੰਗ ਕਰਦੇ ਹਾਂ ਕਿ ਸੁਲਤਾਨਪੁਰ ਲੋਧੀ ਦੇ ਵਿੱਚੋਂ ਸ਼ਰਾਬ ਦੇ ਠੇਕੇ ਤੁਰੰਤ ਬੰਦ ਕੀਤੇ ਜਾਣ, ਕਿਉਂਕਿ ਗੁਰੂ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਆ ਉਹਨੂੰ ਮੁੱਖ ਰੱਖਦਿਆਂ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਨਗਰ ਕੀਰਤਨਾਂ ਦੇ ਰੂਪ ਵਿੱਚ ਸੰਗਤਾਂ ਰੋਜ਼ ਹਾਜ਼ਰੀ ਲਗਵਾ ਰਹੀਆਂ ਹਨ। ਸੋ ਸੰਗਤਾਂ ਦੇ ਵਿੱਚ ਬਹੁਤ ਭਾਰੀ ਰੋਸ ਇਸ ਗੱਲ ਦਾ ਹੈ ਕਿ ਜਿਹੜੇ ਸ਼ਰਾਬ ਦੇ ਠੇਕੇ ਅਸੀਂ ਇੱਥੇ ਵੇਖ ਕੇ ਲੋਹੀਆਂ ਵੱਲ ਲੋਹੀਆਂ ਰੋਡ ਦੇ ਉੱਤੇ ਜੋ ਸ਼ਰਾਬ ਦਾ ਠੇਕਾ ਹੈ ਉਹਦੇ ਬਿਲਕੁਲ ਹੀ ਸਾਹਮਣੇ ਸੰਗਤਾਂ ਵਾਸਤੇ ਰਿਹਾਇਸ਼ ਦੇ ਪ੍ਰਬੰਧ ਹੋ ਰਹੇ ਹਨ। ਸੋ ਬਹੁਤ ਹੀ ਮਾੜੀ ਗੱਲ ਹੈ। ਅਸੀਂ ਪਿਛਲੇ ਤਕਰੀਬਨ 1 ਸਾਲ ਤੋਂ ਇੱਕ ਦਸਤਖਤੀ ਮੁਹਿੰਮ ਵੀ ਸ਼ੁਰੂ ਕੀਤੀ ਸੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਸੁਲਤਾਨਪੁਰ ਦੇ ਵਿੱਚ ਪੂਰਨ ਤੌਰ 'ਤੇ ਸ਼ਰਾਬ, ਮੀਟ, ਤੰਬਾਕੂ ਬੰਦ ਕੀਤਾ ਜਾਵੇ। ਦੇਖੋ ਜੀ, ਇਹ ਜਿਹੜੇ ਸਵਾਗਤੀ ਗੇਟ ਬਣੇ ਆ, ਜਿਹੜੇ ਬਾਬਿਆਂ ਨੇ ਸੁਲਤਾਨਪੁਰ ਦੇ ਵਿੱਚ ਜਿੰਨੇ ਵੀ ਰੋਡ ਆ ਰਹੇ ਆ ਉਹਦੇ ਵਿੱਚ ਸਵਾਗਤੀ ਗੇਟ ਬਣੇ ਆ, ਉਹਨਾਂ ਦੇ ਅੰਦਰ ਸ਼ਹਿਰ ਵਾਲੇ ਪਾਸੇ ਇਹ ਜਿਹੜੇ ਸ਼ਰਾਬ ਦੇ ਠੇਕੇ ਬਣੇ ਹੋਏ ਹਨ, ਜਿਹਨਾਂ ਦਾ ਮਤਲਬ ਸੰਗਤਾਂ ਫਿਰ ਬਣੇ ਵੀ ਮੇਨ ਰੋਡ ਜਿਹੜੇ ਸੁਲਤਾਨਪੁਰ ਦੇ ਵਿੱਚ ਆ ਰਹੇ ਉਹਨਾਂ ਦੇ ਉੱਤੇ, ਸੋ ਕਿ ਜਿਹਦਾ ਸੰਗਤਾਂ ਦੇ ਵਿੱਚ ਬਹੁਤ ਗਲਤ ਮੈਸੇਜ ਆ ਰਿਹਾ। ਸੋ ਸਾਡੀ ਇਹੀ ਮੰਗ ਆ ਪ੍ਰਸ਼ਾਸਨ ਕੋਲੋਂ ਕਿ ਇਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ, ਕਿਉਂਕਿ ਸੰਗਤਾਂ ਦੇ ਵਿੱਚ ਭਾਰੀ ਰੋਸ ਆ। ਤੋ ਅਸੀਂ ਪ੍ਰਸ਼ਾਸਨ ਤੋਂ ਇਹ ਉਮੀਦ ਕਰਦੇ ਹਾਂ ਕਿ ਠੇਕੇ ਜਲਦੀ ਬੰਦ ਕਰਵਾਏ ਜਾਣ। ਕੀ ਨਾਂ ਜੀ ਤੁਹਾਡਾ? ਦਾਸ ਬਾਬਾ ਸਤਨਾਮ ਸਿੰਘ ਵੱਲੀਆਂ, ਇੰਟਰਨੈਸ਼ਨਲ ਪੰਥਕ ਦਲ, ਪੰਜਾਬ ਪ੍ਰਧਾਨ ਧਾਰਮਿਕ ਵਿੰਗ। ਜੀ, ਜਿਹੜੀ ਅੱਜ ਤੁਸੀਂ ਮੰਗ ਪੱਤਰ ਦੇਣਾ, ਕੀ ਇਹ ਮੰਗ ਪੱਤਰ ਹੈ, ਕਿਸ ਵਾਸਤੇ? ਸਾਡਾ ਜੀ ਪ੍ਰਸ਼ਾਸਨ ਨੂੰ ਇਹ ਮੰਗ ਪੱਤਰ ਆ ਦਿੱਤਾ ਅੱਜ, ਜਿਹੜਾ ਪਿਛਲੇ ਸਾਲ ਤੋਂ ਇੰਟਰਨੈਸ਼ਨਲ ਪੰਥਕ ਦਲ ਨੇ ਇੱਕ ਦਸਤਕ ਮੁਹਿੰਮ ਜਿਹੜੀ ਚਾਲੂ ਕੀਤੀ ਸੀ, ਉਸ ਦਸਤਕ ਮੁਹਿੰਮ ਦੇ ਦੁਆਰਾ ਜਿਹੜੀ ਅਸੀਂ ਮੰਗ ਕੀਤੀ ਸੀ ਕਿ ਸ਼ਹਿਰ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ, ਉਪਰੰਤ ਜਿਹੜੇ ਠੇਕੇ ਨੇ ਸ਼ਰਾਬ ਦੇ ਬਾਹਰ ਕੱਢੇ ਜਾਣ, ਅਤੇ ਜਿਹੜੇ ਸ਼ਹਿਰ ਦੇ ਘੇਰੇ ਸਵਾਗਤੀ ਗੇਟ ਬਣੇ ਨੇ ਇਹਨਾਂ ਗੇਟਾਂ 'ਤੇ ਜੋ ਗੇਟ 'ਤੇ ਬਣਾ ਦਿੱਤੇ ਨੇ, ਪਰ ਸੰਗਤਾਂ ਦੀ ਰਿਹਾਇਸ਼ ਵਾਸਤੇ ਜੋ ਆਰਜੀ ਰਿਹਾਇਸ਼ ਬਣੀ ਆ ਸੰਗਤਾਂ ਦੇ ਆਉਣ ਵਾਸਤੇ, ਆਪ ਜੀ ਨੂੰ ਪਤਾ ਹੈ ਕਿ ਵਰਲਡ ਦੇ ਵਿੱਚੋਂ ਸੰਗਤ ਆਉਣੀ ਆ, ਇਕੱਲੇ ਪੰਜਾਬ 'ਚੋਂ ਨਹੀਂ, ਸੁਲਤਾਨਪੁਰ ਲੋਧੀ ਵਿੱਚੋਂ, ਕਪੂਰਥਲੇ ਜ਼ਿਲ੍ਹੇ ਵਿੱਚੋਂ ਨਹੀਂ, ਸਾਰੇ ਵਰਲਡ 'ਚੋਂ ਸੰਗਤ ਆ ਰਹੀ ਆ। ਅਤੇ ਸਾਡਾ ਸਵਾਗਤ ਜਿਸ ਤਰ੍ਹਾਂ ਕਿ ਪੁਰਾਣੇ ਜ਼ਮਾਨੇ ਦੀਆਂ ਜਨਾਨੀਆਂ ਖਾਣ ਪਾਉਂਦੀਆਂ ਹੁੰਦੀਆਂ ਸੀ ਕਿ ਕਿਸੇ ਬੀਬੀ ਨੇ ਕਿਸੇ ਬੱਚੇ ਨੂੰ ਆਖਿਆ ਕਿ ਫਲਾਣੇ ਬੱਚੇ ਦਾ ਨੱਕ ਪੂੰਝ ਦੇ, ਉਹਨੇ ਨੱਕ ਪੂੰਝ ਕੇ ਗਲ ਨਾਲ ਮਲ ਦਿੱਤਾ। ਇਹ ਸਾਡੇ ਪ੍ਰਸ਼ਾਸਨ ਨੇ, ਸਾਡੀ ਸਰਕਾਰ ਨੇ ਇਹ ਕੀਤਾ ਕਿ ਸਵਾਗਤੀ ਗੇਟ ਬਣੇ ਸਵਾਗਤ ਕਰਨ ਵਾਸਤੇ ਸੰਗਤਾਂ ਦਾ, ਸੁਲਤਾਨਪੁਰ ਲੋਧੀ ਗੇਟ ਦੇ ਅੰਦਰੋਂ ਠੇਕੇ ਚੁੱਕ ਕੇ ਸਵਾਗਤੀ ਗੇਟ ਦੇ ਐਨ ਬਿਲਕੁਲ ਨਾਲ ਤੁਸੀਂ ਜਾ ਕੇ ਵੇਖ ਸਕਦੇ ਜੀ, ਬਣਾ ਤੇ ਨੱਕੋਂ ਪੂੰਝ ਕੇ ਅਤੇ ਗਲ ਦੇ ਨਾਲ ਮਲ ਦਿੱਤਾ ਆ, ਕਿਉਂਕਿ ਇਹ ਸਿੰਘ ਸੰਗਤਾਂ ਜਿਹੜੀਆਂ ਕਦਾਚਿਤ ਵੀ ਬਰਦਾਸ਼ਤ ਨਹੀਂ ਕਰ ਸਕਦੀਆਂ, ਕਿਉਂਕਿ ਅਸੀਂ ਹਰ ਇੱਕ ਦੀ ਭਾਵਨਾ ਨੂੰ ਸਮਝ ਕੇ ਚੱਲਣਾ ਪਊਗਾ।
ਸਾਡੇ ਪ੍ਰਸ਼ਾਸਨ ਨੂੰ ਵੀ ਅਸੀਂ ਇੱਕ ਮੈਂਬਰਾਂ ਜਿਹੜਾ ਦਿੱਤਾ ਆ ਉਹਦੇ ਰਾਹੀਂ ਅਪੀਲ ਕੀਤੀ ਆ ਕਿ ਤੁਸੀਂ ਆਪਣੇ ਕਾਨੂੰਨ ਦਾਇਰੇ ਵਿੱਚ ਅਸੀਂ ਵੀ ਕਾਨੂੰਨ ਦਾਇਰੇ ਦੇ ਵਿੱਚ ਰਹਿ ਕੇ ਇੱਕ ਮੈਂਬਰਾਂ ਦਿੱਤਾ। ਜੇ ਪ੍ਰਸ਼ਾਸਨ ਨੇ ਸਾਡੀਆਂ ਦਲੀਲਾਂ ਨੂੰ ਸਾਡੀਆਂ ਅਪੀਲਾਂ ਨਾ ਸੁਣਿਆ ਤਾਂ ਜਥੇਬੰਦੀ ਸਾਰੀਆਂ ਸਮੂਹ ਸਿੱਖ ਜਥੇਬੰਦੀਆਂ ਰਲ ਕੇ ਸੰਘਰਸ਼ ਵਿੱਢਾਂਗੇ ਅਤੇ ਜੇ ਸਾਨੂੰ ਆਪ ਠੇਕੇ ਚੁੱਕਣੇ ਪਏ ਬੋਲਣਾ ਭੰਨੀਆਂ ਪਈਆਂ ਤਾਂ ਭੰਨਾਂਗੇ। ਸਾਡੀ 13 ਤਰੀਕ ਨੂੰ ਬਹੁਤ ਵੱਡੀ ਇੱਕ ਮੀਟਿੰਗ ਹੋ ਰਹੀ ਆ, ਉਹਦੇ ਵਿੱਚ ਅਸੀਂ ਅਹਿਮ ਫੈਸਲੇ ਲਵਾਂਗੇ। ਬੁਲੰਦ ਨਿਊਜ਼ ਲਈ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ।